ला दोस्तो ओ बोलदी है याद आउंदियां ने ਵਿਚਣੀਆਂ ਰੂਹਾਂ ਯਾਦ ਆਉਂਦੀਆਂ ਇਸ ਮੌਕੇ ਉਹਨਾਂ ਦੀ ਨਿੱਘੀ ਯਾਦ ਕਰਾਉਂਦੀ ਵਾਰ ਵਾਰ ਹੈ ਲੋਹੜੀ ਵਿਛੜੀਆਂ ਰੂਹਾਂ ਨੂੰ ਯਾਦ ਕਰ ਰਹੇ ਹਾਂ ਖੁਸ਼ੀਆਂ ਦਾ ਤਿਉਹਾਰ ਹੈ ਲੋਹੜੀ ਕਿਸੇ ਦੀ ਘਰ ਕਿਸੇ ਦੀ ਬਾਹਰ ਹੈ ਲੋਹੜੀ ਖੁਸ਼ੀਆਂ ਦਾ ਤਿਉਹਾਰ ਹੈ ਲੋਹੜੀ ਕਿਸੇ ਦੀ ਘਰ ਕਿਸੇ ਦੀ ਬਾਹਰ ਹੈ ਲੋਹੜੀ ਭਰੀ ਜਾਵੇ ਸੁਲੱਖਣੀ ਆਵੀ ਸੁੱਖ ਮੰਗਦਾ ਸਾਰਾ ਸੰਸਾਰ ਹੈ ਲੋਹੜੀ ਆਪਣਿਆਂ ਨੂੰ ਭੁੱਲੇ ਭਾਵੇਂ ਗਹਿਰਾਂ ਨਾਲ ਮਨਾਉਂਦੇ ਪਰ ਸਾਡਾ ਸੱਭਿਆਚਾਰ ਹੈ ਲੋਹੜੀ ਪੁੱਤ ਜੰਮੇ ਜਾਂ ਧੀ ਰਾਣੀ ਘਰ ਆਈ ਪੁੱਤ ਜੰਮੇ ਜਾਂ ਧੀ ਰਾਣੀ ਘਰ ਆਈ ਖੁਸ਼ੀਆਂ ਮਨਾਓ ਭੰਗੜੇ ਪਾਓ ਗਿੱਧੇ ਭੰਗੜੇ ਦਾ ਤਿਉਹਾਰ ਹੈ ਲੋਹੜੀ ਰਲ ਮਿਲ ਦੁੱਖਾਂ ਕਲੇਸ਼ਾਂ ਦਾ ਭੁੱਗਾ ਬਾਲੀਏ ਰਲ ਮਿਲ ਦੁੱਖਾਂ ਕਲੇਸ਼ਾਂ ਦਾ ਭੁੱਗਾ ਬਾਲੀਏ ਆਪਸੀ ਭਾਈਚਾਰਾ ਪ੍ਰੇਮ ਤੇ ਪਿਆਰ ਹੈ ਲੋਹੜੀ ਦੁੱਖ ਭਰੇ ਦਿਨ ਵੀ ਤੇਰੇ ਭਈਆ ਅਬ ਸੁਖ ਆਇਓ ਰੇ ਕਿਆ ਬਾਤ ਹੈ ਤੋ ਯੇ ਥੇ ਕੱਲ ਲੋੜੇ ਕੇ ਦਿਨ ਅਬ ਸੁਖ ਆਇਓ ਰੇ ਸਰਬਤ ਦਾ ਭਲਾ ਮੰਗਣ ਦਾ ਵਿਚਾਰ ਹੈ ਲੋਹੜੀ ਸਾਲ ਬਦਲਿਆ ਰੁੱਤ ਬਦਲੇ ਸਾਲ ਬਦਲਿਆ ਰੁੱਤ ਬਦਲੇ ਲਿਆਉਣ ਵਾਲੀ ਪਾਇਲਟ ਬਸੰਤ ਬਹਾਰ ਹੈ ਲੋਹੜੀ ਥੈਂਕ ਯੂ ਹੈਪੀ ਲੋਹੜੀ ਟੂ ਆਲ ਸਾਰਾ ਲੋਹੜੀ ਦੀ ਬਹੁਤ ਬਹੁਤ ਮੁਬਾਰਕਾਂ ਹਾਂਜੀ ਹਾਂਜੀ ਅੱਜ ਲੋਹੜੀ ਦਾ ਤਿਉਹਾਰ ਹੈ ਅਸੀਂ ਸਾਰੇ ਇਕੱਠੇ ਹੋਏ ਹਾਂ ਲੋਹੜੀ ਦੇ ਤਿਉਹਾਰ ਨੂੰ ਮਨਾ ਰਹੇ ਹਾਂ ਇਹ ਖੁਸ਼ੀਆਂ ਦਾ ਤਿਉਹਾਰ ਹੈ ਸਾਰਿਆਂ ਦੇ ਮਿਲ ਬੈਠਣ ਦਾ ਤਿਉਹਾਰ ਹੈ ਇਕੱਠਿਆਂ ਗਾਉਣ ਦਾ ਨੱਚਣ ਦਾ ਹੱਸਣ ਖੇਡਣ ਦਾ ਔਰ ਇਹ ਚੀਜ਼ਾਂ ਸਭ ਖਾਣ ਦਾ ਤਿਉਹਾਰ ਹੈ ਇਸੇ ਤਰ੍ਹਾਂ ਕਿਤੇ ਲੋਹੜੀ ਸਿਰਫ ਲੋਹੜੀ ਖਾਣ ਪੀਣ ਜਾਂ ਇਕੱਠੇ ਮਨਾਉਣ ਦਾ ਤਿਉਹਾਰ ਹੈ ਜਾਂ ਇਹਦੀ ਕੋਈ ਇਤਿਹਾਸ ਵੀ ਬੋਲਦਾ ਆ ਇਹਦਾ ਇਤਿਹਾਸ ਫਿਰ ਆਪਾਂ ਕੋਈ ਬਹੁਤ ਲੰਬਾ ਚੌੜਾ ਕੰਮ ਹੋ ਜਾਏਗਾ ਮੈਨੂੰ ਤਾਂ ਐਸਾ ਛੋਟਾ ਜਿਹਾ ਸੰਖੇਪ ਜੇ ਗੱਲ ਦੱਸ ਦਿਓ ਨਹੀਂ ਮੈਂ ਨਹੀਂ ਆ ਮੈਨੂੰ ਸ਼ਾਇਦ ਬਹੁਤ ਚੰਗੀ ਤਰ੍ਹਾਂ ਪਤਾ ਵੀ ਨਹੀਂ ਹੋਏਗਾ ਚਲੋ ਮਿਹਰਬਾਨੀ ਜੀ ਜੀ ਇਸ ਵੇਲੇ ਸਾਡਾ ਪੰਜਾਬ ਨਸ਼ੇ ਦੀ ਲਪੇਟ ਦੇ ਵਿੱਚ ਹੈ ਸਾਡੀ ਜਵਾਨੀ ਨਸ਼ੇ ਦੇ ਵਿੱਚ ਰੁੜ ਰਹੀ ਹੈ ਜਾਂ ਸਾਡੇ ਜਿਹੜੇ ਬੱਚੇ ਖੁੱਚੇ ਜਵਾਨ ਨੇ ਇਹ ਬਾਹਰ ਜਾ ਰਹੇ ਨੇ ਮੈਂ ਚਾਹੁੰਦੀ ਹਾਂ ਕਿ ਇਹ ਨਸ਼ੇ ਦੀ ਲਪੇਟ ਖਤਮ ਹੋਵੇ ਇਹ ਮੁੰਡੇ ਦੁੱਲੇ ਵਾਂਗੂ ਉੱਠਣ ਅਤੇ ਦੁੱਲੇ ਬਣਨ ਤਾਂ ਕਿ ਇਹ ਇੱਥੋਂ ਦੇ ਨਸ਼ੇ ਨੂੰ ਖਤਮ ਕਰਨ ਅਤੇ ਕੁੜੀਆਂ ਦੀ ਰਾਖੀ ਕਰਨ ਅਤੇ ਜਿਸ ਤਰੀਕੇ ਨਾਲ ਦੁੱਲੇ ਨੇ ਇਹਨਾਂ ਨੂੰ ਬਚਾਇਆ ਸੀ ਅਤੇ ਰਾਖੀ ਕੀਤੀ ਸੀ ਉਸ ਤਰੀਕੇ ਨਾਲ ਮੈਂ ਚਾਹੁੰਦੀ ਹਾਂ ਇਹ ਕੁੜੀਆਂ ਦੀ ਕਿਉਂਕਿ ਤਿਉਹਾਰ ਹੀ ਕੁੜੀਆਂ ਦਾ ਕੁੜੀਆਂ ਦੇ ਮੰਗਣ ਦਾ ਤਿਉਹਾਰ ਹੈ ਇਹ ਲੋਹੜੀ ਮੰਗਦੀਆਂ ਨੇ ਬੜਾ ਅੱਛਾ ਲੱਗਦੀਆਂ ਨੇ ਅਤੇ ਮੁੰਡਿਆਂ ਨੂੰ ਇਸ ਤਿਉਹਾਰ ਨੂੰ ਇਹਨਾਂ ਦੀ ਇੱਜ਼ਤ ਔਰ ਕਦਰ ਕਰਕੇ ਮਨਾਉਣਾ ਚਾਹੀਦਾ ਸੰਧੂ ਸਾਹਿਬ ਤੁਸੀਂ ਆਪਣੇ ਵਿਚਾਰ ਦਿਓ ਲੋਹੜੀ ਦੇ ਇਸ ਪਵਿੱਤਰ ਮੌਕੇ ਮੈਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜਵਾਨਾਂ ਨੂੰ ਬੇਨਤੀ ਕਰਾਂਗਾ ਜੀ ਪੰਜਾਬ ਦੇ ਵਿਦਿਆਰਥੀਆਂ ਨੂੰ ਯੁਵਕਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਦੁੱਲੇ ਵਰਗੀ ਅਣਖ ਜਿਹੜੀ ਆ ਉਹ ਪੈਦਾ ਕਰੋ ਆਪਣੇ ਵਿੱਚ ਜੀ ਨਿੱਜੀ ਹਉਮੈ ਹੈਂਕੜ ਇਹਦੀ ਜਗ੍ਹਾ ਕੋਈ ਨਹੀਂ ਹੈਗੀ ਅਣਖ ਜਿਹੜੀ ਆ ਉਹ ਹਉਮੈ ਅਤੇ ਹੈਂਕੜ ਨਾਲੋਂ ਅਲੱਗ ਆ ਸੋ ਸਾਡੇ ਵਿੱਚ ਜਿਹੜੀ ਆ ਨਾ ਅਣਖ ਜਾਗਣ ਦੀ ਲੋੜ ਹੈ ਪੰਜਾਬੀਆਂ ਦੇ ਵਿੱਚ ਕਿਉਂਕਿ ਸਮਾਂ ਮੰਗ ਕਰ ਰਿਹਾ ਪੰਜਾਬੀਆਂ ਨੂੰ ਬਹੁਤ ਵੱਡੇ ਮਸਲੇ ਨੇ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੇ ਮਸਲੇ ਉੱਭਰ ਰਹੇ ਨੇ ਜੀ ਤੋ ਇਹਨਾਂ ਦੇ ਵਿੱਚ ਪੰਜਾਬ ਦਾ ਜਿਹੜਾ ਹਮੇਸ਼ਾ ਮੋਹਰੀ ਰੋਲ ਹੁੰਦਾ ਸੀ ਉਹ ਇਸ ਵਾਰ ਗਾਇਬ ਹੋ ਰਿਹਾ ਹੌਲੀ ਹੌਲੀ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਦੁੱਲਿਆਂ ਦੀ ਘਾਟ ਆ ਅਸੀਂ ਨਿੱਕੀ ਗੱਲ ਨੂੰ ਕਈ ਵਾਰੀ ਹਊਪਰੇ ਕਰਕੇ ਜਾਂ ਵੱਡੀ ਗੱਲ ਨੂੰ ਹਊਪਰੇ ਕਰਕੇ ਛੱਡ ਦਿੰਦੇ ਹਾਂ ਜੀ ਸੋ ਇਸ ਕਰਕੇ ਸਾਡੇ ਲੋਕਾਂ ਨੂੰ ਆਪਣੇ ਚਾਰ ਚੁਫੇਰੇ ਵਗਦੀਆਂ ਤੱਤੀਆਂ ਹਵਾਵਾਂ ਨੂੰ ਸਮਝਣ ਦੀ ਲੋੜ ਆ ਜੀ ਅਤੇ ਉਹਨਾਂ ਤੱਤੀਆਂ ਹਵਾਵਾਂ ਦੇ ਵਿੱਚੋਂ ਸਬਕ ਸਿੱਖਣ ਦੀ ਲੋੜ ਆ ਅਤੇ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਸ ਦਾ ਇੱਕ ਬਹੁਤ ਵੱਡਾ ਫਿਕਰ ਹੈ ਫਰਜ਼ ਹੈ ਅਤੇ ਫਿਕਰ ਹੈ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਅਤੇ ਦੁਨੀਆ ਭਰ ਦੇ ਵਿੱਚ ਜਿਹੜੇ ਵਿਦਿਆਰਥੀ ਆ ਉਹ ਲੜ ਰਹੇ ਆ ਪੰਜਾਬ ਦੇ ਵਿਦਿਆਰਥੀ ਪੰਜਾਬ ਦੇ ਨੌਜਵਾਨ ਵੀ ਉਸੇ ਤਰ੍ਹਾਂ ਦੀ ਅਗਵਾਈ ਲੈ ਕੇ ਦੁੱਲੇ ਹੋਣ ਦਾ ਸਬੂਤ ਦੇਣ ਧੰਨਵਾਦ ਜੀ
ਪੀਂਦਿਆਂ ਨੂੰ ਸਾਰੇ ਦਿਨ ਆਈ ਜਾਂਦੇ ਜੀ ਜੀ। ਇਸੇ ਤਰ੍ਹਾਂ ਹੀ ਇਹ ਲੋਹੜੀ ਦਾ ਤਿਉਹਾਰ ਆ, ਧੀਆਂ ਖੁਸ਼ੀ ਨਾਲ ਗਾਉਂਦੀਆਂ ਨੇ ਜੀ। ਲੋਹੜੀ ਆਉਂਦੀ ਭੁੱਗੇ ਲੱਗਦੇ ਨੇ, ਇਹਨਾਂ ਨੂੰ ਭੁੱਗੇ ਆਉਂਦੇ ਜਿਹੜੇ ਹਨ ਜੀ, ਬਾਲਿਆ ਭੁੱਗਾ। ਠੰਡ ਜਾਏਗੀ ਫਿਰ ਗਰਮੀ ਆਏਗੀ ਜੀ। ਜਿਉਂਦਿਆਂ ਨੂੰ ਸਾਰੇ ਦਿਨ ਆਈ ਜਾਂਦੇ ਨੇ। ਲੋਹੜੀ ਦੀਆਂ ਬਹੁਤ ਬਹੁਤ ਸਾਰੇ ਸਾਰੀ ਦੁਨੀਆਂ ਨੂੰ, ਵਰਲਡ ਨੂੰ ਵਧਾਈਆਂ। ਲੋਹੜੀ ਅਸਲ 'ਚ ਪਿਆਰ ਹੈ ਮਿਲਣ ਦਾ, ਇਕੱਠੇ ਹੋਣ ਜੀ। ਪ੍ਰਾਤਨ ਸਮੇਂ ਮੈਨੂੰ ਯਾਦ ਆ ਜਦੋਂ ਛੋਟੇ ਛੋਟੇ ਹੁੰਦੇ ਹਾਂ ਨਾ, ਅਤੇ ਇਕੱਠੇ ਹੋ ਕੇ ਲੋਹੜੀ ਮੰਗਦੇ ਹਾਂ ਅਤੇ ਲੋਹੜੀ ਇਕੱਠੇ ਹੋ ਕੇ ਹੀ ਮਨਾਉਂਦੇ ਹਾਂ ਜੀ। ਇੱਕ ਪੂਰੇ ਵਿਹੜੇ 'ਚ ਇੱਕ ਲੋਹੜੀ ਬਹੁਤ ਵੱਡੀ ਉੱਚੀ ਪਾਥੀਆਂ ਦੀ, ਬਹੁਤ ਵੱਡਾ ਗੀਰਾ ਜਿਹਨੂੰ ਕਹਿੰਦੇ ਹਾਂ ਉਹ ਜੀ ਅੱਜ ਵੰਡੇ ਗਏ ਹੈਗੇ ਜੀ। ਅਫਸੋਸ ਹੈ ਕਿ ਅਸੀਂ ਇਕੱਠੇ ਹੋਣ ਵਾਲੀ ਚੀਜ਼ ਨੂੰ ਵੰਡੀ ਜਾਂਦੇ। ਲੋਹੜੀ ਦਾ ਤਿਉਹਾਰ ਅੱਜ ਵਿਰਸਾ ਵਿਆਜ ਅਸੀਂ ਮਨਾ ਰਹੇ ਹਾਂ, ਬਹੁਤ ਵਧੀਆ ਲੱਗ ਰਿਹਾ। ਮੈਂ ਤਾਂ ਕਾਫੀ ਦੇਰ ਬਾਅਦ ਇੱਥੇ ਆਈ ਹਾਂ, ਸਾਰੇ ਆਰਟਿਸਟ ਇਕੱਠੇ ਹੋਏ ਨੇ, ਬਹੁਤ ਵਧੀਆ ਖੁਸ਼ੀਆਂ ਦਾ ਤਿਉਹਾਰ ਆ। ਸਭ ਦੀਆਂ ਜ਼ਿੰਦਗੀਆਂ 'ਚ ਖੁਸ਼ੀਆਂ ਹੋਣ ਔਰ ਨਵਾਂ ਸਾਲ ਵੀ ਮੁਬਾਰਕ। ਸਾਰੇ ਜਣੇ ਇਕੱਠੇ ਹੋਏ ਨੇ, ਮੈਨੂੰ ਬਹੁਤ ਵਧੀਆ ਲੱਗ ਰਿਹਾ। ਸਭ ਗਿੱਧਾ ਪੈ ਰਿਹਾ ਹੈ, ਭੁੱਗਾ ਬਲ ਰਿਹਾ ਹੈ, ਮੂੰਗਫਲੀ ਰੇੜੀਆਂ ਮੰਡੀਆਂ ਜਾ ਰਹੀਆਂ ਨੇ। ਔਰ ਕੇਵਲ ਧਾਲੀਵਾਲ ਜੀ ਪ੍ਰਧਾਨ ਨੇ ਇੱਥੋਂ ਦੇ, ਉਹਨਾਂ ਨੇ ਇਹ ਅਰੇਂਜ ਕੀਤਾ ਹੈ ਅਤੇ ਅਸੀਂ ਸਾਰੇ ਆਰਟਿਸਟ ਇਕੱਠੇ ਹੋਏ। ਥੈਂਕ ਯੂ। ਅੰਮ੍ਰਿਤਸਰ ਲੋਹੜੀ ਅਜਿਹਾ ਤਿਉਹਾਰ ਹੈ ਜਿਹਦੇ ਵਿੱਚ ਮਤਲਬ ਨਵੀਂ ਜ਼ਿੰਦਗੀ ਹੈ ਉਸ ਦੀ ਸੈਲੀਬ੍ਰੇਸ਼ਨ ਹੈ। ਨਵੀਂ ਜ਼ਿੰਦਗੀ ਜਦੋਂ ਆਉਂਦੀ ਹੈ, ਬੇਟਾ ਪੈਦਾ ਹੁੰਦਾ ਹੈ, ਪਰਿਵਾਰ ਵੱਧਦਾ ਹੈ, ਉਹਦੇ ਨਾਲ ਬਹੁਤ ਜ਼ਿਆਦਾ ਨੇੜੇ ਜੁੜਿਆ। ਪਰ ਚਾਹੇ ਮੌਸਮੀ ਤਿਉਹਾਰ ਹੈ, ਮੌਸਮ ਦੇ ਨਾਲ ਸਰਦੀ ਜਾਣ ਦੀ ਖੁਸ਼ੀ ਵੀ ਹੈ, ਗਰਮੀ ਆਉਣ ਦੀ ਖੁਸ਼ੀ, ਮੌਸਮ ਬਦਲਣ ਦੀ ਖੁਸ਼ੀ ਵੀ ਹੈ, ਪਰ ਇਸ ਦੇ ਬਾਵਜੂਦ ਇਹ ਖੁਸ਼ੀਆਂ ਦਾ ਤਿਉਹਾਰ ਹੈ, ਸੈਲੀਬ੍ਰੇਸ਼ਨ ਦਾ ਤਿਉਹਾਰ ਹੈ। ਥੈਂਕ ਯੂ।